हेलो माय डियर स्टूडेंट्स, आई होप रजे तुसी सारे ठीक ठाक होवोंगे। हुण तो ऑब्वियसली ठीक ठाक होने चाहिए हो, तुहाडी डेट शीट जो आ चुकी है। सो इस वीडियो दे विच आपां 5वीं 8वीं क्लास दी डेट शीट डिस्कस करांगे, ठीक है जी। सब तो पहला रजे 5वीं श्रेणी दी गल करिए, तां तुहाडा जिहड़ा पहला पेपर है ओह 7 मार्च दा है, ते तुसी इत्थे टाइमिंग देख सकदे हो 10 बजे तो लैके 1:15 तक तुहाडा पेपर है। ते पहला पेपर हैगा जी तुहाडा इंग्लिश दा, दूसरा पेपर रजे 11 तरीक नूं है, ते दूसरा पेपर हैगा जी तुहाडा गणित दा, ਤੀਸਰਾ ਪੇਪਰ ਰਜੀ ਤੁਹਾਡਾ ਹੈਗਾ ਮੰਗਲਵਾਰ ਦਾ ਯਾਨੀ ਕਿ 12 ਤਰੀਕ ਦਾ ਹੈ, ਜਿਹਦੇ ਵਿੱਚੋਂ ਤੁਹਾਡੇ ਸਕੂਲ ਦੇ ਵਿੱਚ ਜਿਹੜੀ ਪਹਿਲੀ ਭਾਸ਼ਾ ਰੱਖੀ ਗਈ ਹੈ ਉਹਦਾ ਪੇਪਰ ਹੋਏਗਾ। ਸੋ ਜੈਨੂਅਲੀ ਆਪਣਾ ਪੰਜਾਬ ਦੇ ਤਾਂ ਆਪਣੀ ਜਿਹੜੀ ਪਹਿਲੀ ਭਾਸ਼ਾ ਉਹ ਕਿਹੜੀ ਹੈ? ਪੰਜਾਬੀ ਹੈ। ਬਾਕੀ ਤੁਸੀਂ ਸਕੂਲ ਤੇ ਤੁਹਾਡੀ ਡਿਪੈਂਡ ਕਰਦਾ, ਬਟ ਹਾਂ ਆਪਣੀ ਤਾਂ ਜੈਨੂਅਲੀ ਪੰਜਾਬੀ ਹੋਏਗੀ। ਸੋ 13 ਤਰੀਕ ਯਾਨੀ ਕਿ ਬੁੱਧਵਾਰ ਨੂੰ ਤੁਹਾਡਾ ਪੇਪਰ ਹੈ ਰਜੇ ਵਾਤਾਵਰਣ ਸਿੱਖਿਆ ਦਾ, ਔਰ 14 ਤਰੀਕ ਯਾਨੀ ਕਿ ਵੀਰਵਾਰ ਨੂੰ ਤੁਹਾਡਾ ਜਿਹੜਾ ਲਾਸਟ ਪੇਪਰ ਹੋਏਗਾ ਜਿਹੜਾ ਦੂਜੀ ਭਾਸ਼ਾ ਦਾ, ਔਰ ਆਪਣੀ ਦੂਜੀ ਭਾਸ਼ਾ ਰਜੇ ਕਿਹੜੀ ਹੈ? ਹਿੰਦੀ ਹੈ, ਠੀਕ ਹੈ ਜੀ। ਸੋ ਇਹ ਤਾਂ ਹੋ ਗਈ ਰਾਜੇ 5ਵੀਂ ਕਲਾਸ ਦੀ ਡੇਟ ਸ਼ੀਟ। ਤੁਸੀਂ ਉੱਪਰ ਦੇਖ ਸਕਦੇ ਹੋ ਕਿ 5ਵੀਂ ਸ਼੍ਰੇਣੀ ਮਾਰਚ 2024 ਦੀ ਸਾਲਾਨਾ ਪ੍ਰੀਖਿਆ ਸਵੇਰ ਦੇ ਸੈਸ਼ਨ 'ਚ ਹੋਏਗੀ। ਪ੍ਰੀਖਿਆ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ। ਪ੍ਰੀਖਿਆ ਦੇ ਲਈ ਸਮਾਂ 3 ਘੰਟੇ ਦਾ ਹੋਵੇਗਾ, ਤੇ ਬੱਚਿਆਂ ਨੂੰ ਪ੍ਰਸ਼ਨ ਪੱਤਰ ਪੜਨ ਦੇ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਸੋ ਇਹ ਤਾਂ ਹੋ ਗਈ ਰਾਜੇ 5th ਕਲਾਸ ਦੀ ਗੱਲ। ਹੁਣ ਆਪਾਂ ਗੱਲ ਕਰਦੇ ਹਾਂ ਰਾਜੇ 8th ਕਲਾਸ ਦੀ। ਸੋ ਆ ਤੁਸੀਂ 8th ਕਲਾਸ ਲਈ ਪੜ ਸਕਦੇ ਹੋ ਰਾਜੇ 8ਵੀਂ ਸ਼੍ਰੇਣੀ ਪ੍ਰੀਖਿਆ ਮਾਰਚ 2024 ਡੇਟ ਸ਼ੀਟ ਲਿਖਤੀ। ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਹੈ ਕਿ ਜਿਹੜੀ ਪ੍ਰੀਖਿਆ ਕੀ 11 ਵਜੇ ਸ਼ੁਰੂ ਹੋਏਗੀ, ਪ੍ਰੀਖਿਆ ਦੇ ਲਈ 3 ਘੰਟੇ ਦਿੱਤੇ ਜਾਣਗੇ, ਔਰ 15 ਮਿੰਟ ਪਹਿਲਾਂ ਤੁਹਾਨੂੰ ਮਤਲਬ 15 ਮਿੰਟ ਐਕਸਟਰਾ ਦਿੱਤੇ ਜਾਣਗੇ ਪ੍ਰਸ਼ਨ ਪੱਤਰ ਨੂੰ ਪੜਨ ਦੇ ਲਈ। ਉਸ ਤੋਂ ਬਾਅਦ ਰਜੇ ਬਾਕੀ ਗੱਲਾਂ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ, ਆਪਾਂ ਡੇਟ ਸ਼ੀਟ ਦੇਖਦੇ ਹਾਂ। ਸੋ ਪਹਿਲਾ ਪੇਪਰ ਰਜੇ ਤੁਹਾਡਾ ਹੈਗਾ 7 ਮਾਰਚ ਦਾ, ਯਾਨੀ ਕਿ ਤੀਸਰਾ ਮਹੀਨਾ ਮਾਰਚ ਹੁੰਦਾ ਹੈ, ਤੋਂ ਵੀਰਵਾਰ ਨੂੰ ਤੁਹਾਡਾ ਪਹਿਲਾ ਪੇਪਰ ਹੈ, ਔਰ ਪੇਪਰ ਦਾ ਨਾਮ ਹੈਗਾ ਜੀ ਯਾਨੀ ਵਿਸ਼ਾ ਹੈਗਾ ਸਮਾਜਿਕ ਵਿਗਿਆਨ। ਦੂਸਰਾ ਰਜੇ ਪੇਪਰ ਤੁਹਾਡਾ 11 ਤਰੀਕ ਦਾ, ਸੋਮਵਾਰ ਨੂੰ ਤੁਹਾਡਾ ਕਿਹਦਾ ਪੇਪਰ ਹੈ ਰਜੇ? ਗਣਿਤ ਦਾ ਪੇਪਰ ਹੈ। 12 ਤਰੀਕ ਯਾਨੀ ਕਿ ਮੰਗਲਵਾਰ ਨੂੰ ਸਾਡੀ ਪਹਿਲੀ ਭਾਸ਼ਾ ਯਾਨੀ ਕਿ ਪੰਜਾਬੀ ਦਾ ਪੇਪਰ ਹੈ। ਉਸ ਤੋਂ ਬਾਅਦ ਰਜੇ 15 ਤਰੀਕ ਨੂੰ ਤੁਹਾਡਾ ਕਿਹਦਾ ਪੇਪਰ ਹੈ? 15 ਨੂੰ ਤੁਹਾਡਾ ਪੇਪਰ ਹੈ ਰਜੇ ਅੰਗਰੇਜ਼ੀ ਦਾ, ਠੀਕ ਹੈ ਜੀ। ਉਸ ਤੋਂ ਬਾਅਦ ਰਜੇ 16 ਤਰੀਕ ਨੂੰ ਤੁਹਾਡਾ ਪੇਪਰ ਹੈ ਦੂਜੀ ਭਾਸ਼ਾ, ਤੇ ਆਪਣੀ ਦੂਜੀ ਭਾਸ਼ਾ ਕੌਣ ਹੈ ਜੀ? ਹਿੰਦੀ। ਉਸ ਤੋਂ ਬਾਅਦ ਰਜੇ 18 ਤਰੀਕ ਦਾ ਤੁਹਾਡਾ ਪੇਪਰ ਹੈ ਵਿਗਿਆਨ ਦਾ, ਠੀਕ ਹੈ ਜੀ, ਇਹਨੂੰ ਤੁਸੀਂ ਰਜੇ ਨੋਟ ਡਾਊਨ ਕਰ ਲਿਓ ਪ੍ਰੋਪਰ। ਉਸ ਤੋਂ ਬਾਅਦ 20 ਤਰੀਕ ਦਾ ਤੁਹਾਡਾ ਪੇਪਰ ਹੈਗਾ ਰਜੇ ਕੰਪਿਊਟਰ ਸਾਇੰਸ ਦਾ, 21 ਤਰੀਕ ਨੂੰ ਤੁਹਾਡਾ ਪੇਪਰ ਹੈਗਾ ਸਿਹਤ ਅਤੇ ਸਰੀਰਕ ਸਿੱਖਿਆ ਦਾ, ਤੇ 27 ਤਰੀਕ ਯਾਨੀ ਕਿ ਬੁੱਧਵਾਰ ਨੂੰ ਤੁਹਾਡਾ ਜਿਹੜਾ ਪੇਪਰ ਹੈ ਚੋਣਵੇਂ ਵਿਸ਼ੇ ਨੇ, ਖੇਤੀਬਾੜੀ ਜਾਂ ਬਾਕੀ ਜਿਹੜੇ ਵੀ ਆਹ ਤੁਹਾਡੇ ਸਕੂਲ ਵਾਲਿਆਂ ਨੇ ਤੁਹਾਨੂੰ ਜਿਹੜੇ ਵੀ ਵਿਸ਼ੇ ਇੱਥੇ ਚੋਣ ਕਰਵਾਈ ਹੋਈ ਹੈ, ਜੈਨੂਅਲੀ ਆਪਣੇ ਖੇਤੀਬਾੜੀ ਹੁੰਦੇ ਆ। ਸੋ ਮਤਲਬ ਆਪਾਂ ਖੇਤੀਬਾੜੀ ਲਾ ਕੇ ਚੱਲ ਰਹੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਰਜੇ ਪ੍ਰਯੋਗੀ ਪ੍ਰੀਖਿਆ ਸੰਬੰਧੀ ਕੁਝ ਹਦਾਇਤਾਂ, ਇਹ ਤਾਂ ਚਲੋ ਟਾਈਮ ਤੇ ਤੁਹਾਨੂੰ ਟੀਚਰ ਦੱਸ ਹੀ ਦੇਣਗੇ, ਥੋੜੀਆਂ ਜਿਹਾ ਮੇਨ ਮੇਨ ਪੜ ਲੈਂਦੇ ਆ। ਪ੍ਰਯੋਗੀ ਪ੍ਰੀਖਿਆ ਮਿਤੀ ਇੰਨੀ ਤੋਂ ਇੰਨੀ ਤੱਕ, ਸਕੂਲ ਪੱਧਰ ਤੇ ਪ੍ਰੀਖਿਆ, ਚਲੋ ਰਹਿਣ ਦਿਓ ਇਹ ਛੱਡੋ। ਸੋ ਰਾਜੇ ਇਹ ਬੇਸਿਕਲੀ ਤੁਹਾਡਾ 8ਵੀਂ ਤੇ 5ਵੀਂ ਕਲਾਸ ਦੀ ਡੇਟ ਸ਼ੀਟ ਆਪਾਂ ਨੇ ਡਿਸਕਸ ਕੀਤੀ ਹੈ। 10th ਕਲਾਸ ਦੀ ਵੀਡੀਓ ਅਲੱਗ ਪੈ ਚੁੱਕੀ ਹੈ, ਔਰ 12th ਕਲਾਸ ਦੀ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਤੁਹਾਡੇ ਕੋਲੇ ਹਜੇ ਟਾਈਮ ਹੈਗਾ ਹੈ, ਜੇ ਤੁਸੀਂ ਨਹੀਂ ਪੜ੍ਹੇ, ਤੁਹਾਡੀ ਘੱਟ ਤਿਆਰੀ ਹੈ, ਤਾਂ ਤੁਹਾਡੇ ਕੋਲ ਇਨਫ ਟਾਈਮ ਹੈਗਾ ਰਜੇ ਕਿ ਤੁਸੀਂ ਵਧੀਆ ਨੰਬਰਾਂ ਨਾਲ ਪਾਸ ਹੋ ਸਕੋ। ਸੋ ਮੇਰੇ ਵੱਲੋਂ ਸਾਰਿਆਂ ਨੂੰ ਆਲ ਦ ਬੈਸਟ। ਬਾਕੀ ਅਗਰ ਕੋਈ ਹੈਲਪ ਚਾਹੀਦੀ ਹੋਈ, ਕਿਤੇ ਡਾਊਟ ਵਗੈਰਾ ਹੋਇਆ ਤਾਂ ਜ਼ਰੂਰ ਪੁੱਛਿਓ। ਥੈਂਕ ਯੂ ਸੋ ਮਚ, ਐਂਡ ਅਗਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ, ਬਿਕੋਜ਼ ਇਸ ਤਰੀਕੇ ਦੀਆਂ ਹੋਰ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣਗੀਆਂ। ਥੈਂਕ ਯੂ ਸੋ ਮਚ ਮਾਈ ਬੱਚਾ ਬਾਜੀ, ਐਂਡ ਆਲ ਦ ਬੈਸਟ ਟੂ ਐਵਰੀ ਵਨ।